ਮੁੰਡਾ ਹਰਿਆਣੇ ਦਾ ਹੈ, ਆਹ ਚੜ੍ਹਦੀ ਬਰੇਸ ਹੈ, ਤੇਰਾ ਮੋਟਰਸਾਈਕਲ ਇਸੇ ਸਾਲ ਬਿੰਨ ਕੀਤੇ ਹੈ, ਆਹ ਦੁਨੀਆ ਦੇ ਵੱਡੇ ਮੁੱਲਾਂ ਨੂੰ ਵਕਤ ਪਾਤਾ ਹੈ, ਪਰ ਅੱਜ ਕਹਿੰਦੇ ਜੀਮੇ ਵਾਲਿਆ ਉਹ ਮੁੰਡੇ ਨੇ ਐ ਲਾਈਚਾ ਪਿੰਡ ਦੇ ਵਿੱਚ ਸਿਰਾ ਕਰਾਤਾ ਹੈ, ਬਹੁਤ ਹੀ ਸਿਰੇ ਦਾ ਮੁਕਾਬਲਾ, ਸਿਰੇ ਦੀਆਂ ਬਾਤਾਂ ਚੱਲ ਰਹੀਆਂ ਹੈ। ਮੇਰੀ ਬੇਨਤੀ ਹੈ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜੀਤ ਸਿੰਘ ਜੀ ਸਰਪੰਚ ਸਾਹਿਬ ਜੋਲੂ ਆ, ਉਹਨਾਂ ਦੀ ਪੂਰੀ ਟੀਮ ਪਲੀਜ਼ ਆਪਣਾ ਮਾਨ ਸਨਮਾਨ ਹਾਸਲ ਕਰੇਗੀ। ਅੱਜ ਦੇ ਦੰਗਲ ਦੇ ਲਈ 11,000 ਰੁਪਏ ਦੇ ਵੱਡੇ ਸਹਿਯੋਗ ਹੈ ਸਰਦਾਰ ਜੀਤ ਸਿੰਘ ਜੀ ਸਾਡੇ ਸਾਬਕਾ ਸਰਪੰਚ ਸਾਹਿਬ ਜੋਲੂਵਾਲ, ਆਪਣੀ ਪੂਰੀ ਟੀਮ ਦੇ ਨਾਲ ਜਿਹੜਾ ਮਾਨ ਸਨਮਾਨ ਹਾਸਲ ਕਰੇ ਜੀ ਬੇਨਤੀ ਹੈ। ਸ਼ਾਬਾਸ਼ ਜੀਤ ਸਿੰਘ ਸਰਪੰਚ, ਸਾਰੀ ਟੀਮ ਜਿਹੜੇ ਵੀ ਦੋਸਤ ਮਿੱਤਰ ਭਰਾ ਨਾਲ ਆਏ ਆ ਸਰਪੰਚ ਸਾਹਿਬ ਦੇ, ਜੀਤ ਸਿੰਘ ਸਰਪੰਚ ਜੋਲੂਵਾਲ, ਸਾਰੇ ਭਰਾਵਾਂ ਨੂੰ ਬੇਨਤੀ ਆ ਜਿਹੜੇ ਸਰਪੰਚ ਸਾਹਿਬ ਦੇ ਨਾਲ ਆਏ ਆ ਉਹ ਆ ਕੇ ਆਪਣਾ ਸਟੇਜ ਤੋਂ ਮਾਨ ਸਨਮਾਨ ਲੈ ਕੇ ਜਾਣ ਸਰਪੰਚ ਜੀਤ ਸਿੰਘ ਜੀ। ਵਾਹ ਜੀ ਵਾਹ। ਚਲੋ ਜੀ, ਉਧਰ ਰਾਜੂ ਤੇ ਜਤਿੰਦਰ ਦਾ ਮੁਕਾਬਲਾ ਜਿਹੜਾ ਮੈਦਾਨ ਦੇ ਵਿੱਚ ਚੱਲਦਾ, ਦੇਖਦੇ ਹਾਂ ਵੀ ਕਿਹੜਾ ਜਿੱਤ ਤੇ ਕਿਹੜਾ ਹਾਰਦਾ, ਬਾਤਾਂ ਸਮਝਦੇ ਆ। ਕਹਿੰਦਾ ਅਦਰਕ ਸ਼ਹਿਦ ਜਬੈਨ ਚੰਗੇ, ਅਦਰਕ ਸ਼ਹਿਦ ਜਬੈਨ ਚੰਗੇ, ਅਣਗਿਣਤ ਬਿਮਾਰੀਆਂ ਨੂੰ ਉਹ ਨਸ਼ਾ ਆਸ਼ਕੀ ਆਲਸ ਡੰਡੇ ਮਾਰ ਖਿਡਾਰੀਆਂ ਨੂੰ, ਕੇ ਚੰਗੇ ਉਸਤਾਦ ਦੇ ਚੰਡੇ ਪੱਪਿਆਂ ਸੋਖੇ ਪੈਂਦੇ ਨਾ, ਸਿੰਘ ਸ਼ੇਰ ਤੇ ਬਾਜ ਕਦੇ ਗੁਲਾਮੀ ਸਹਿੰਦੇ ਨਾ, ਕੇ ਸਿੰਘ ਸ਼ੇਰ ਤੇ ਬਾਜ ਕਦੇ ਗੁਲਾਮੀ ਸਹਿੰਦੇ ਨਾ। ਹਾਂਜੀ ਹੈਲੋ, ਮਨੂ ਮੇਰਾ ਵੀਰ ਬਸੀ ਤੋਂ, ਉਹ ਵੀ ਜਿਹੜਾ ਆਪਣਾ ਸਨਮਾਨ ਆ ਉਹ ਲੈ ਕੇ ਜਾਣ ਆ ਕੇ ਮਨੂ। ਸ਼ਾਬਾਸ਼ ਸ਼ਾਬਾਸ਼ ਪਹਿਲਵਾਨੋ, ਰਾਜੂ ਤੇ ਜਤਿੰਦਰ, ਬੜਾ ਵਧੀਆ ਮੁਕਾਬਲਾ ਜਿਹੜਾ ਮੈਦਾਨ ਦੇ ਵਿੱਚ ਚੱਲਦਾ ਹੈ ਇਹਨਾਂ ਗੱਭਰੂਆਂ ਦੇ ਦਰਮਿਆਨ, ਕਿ ਮੂਹਰੇ ਖੜ ਕੇ ਹੌਸਲਾ ਕਰਕੇ ਪੁੱਤਰੇ ਆਸਾਨ ਸਿੰਘਾਂ ਤੋਂ ਫੜ ਕੇ ਖੇਬੀ ਲਾ ਕੇ ਕਿਸੇ ਕਿਸੇ ਨੂੰ ਬਲਹਾਉਂਦਾ ਡੇਗਣ ਦਾ, ਆਹ ਰਾਜੇ ਖੇਲੇ ਅੜਬ ਪੰਜਾਬੀ, ਜੇਗਰਾ ਰੱਖ ਦੇ ਖੇਡਣ ਦਾ, ਇਹ ਰਾਜੇ ਖੇਲੇ ਅੜਬ ਪੰਜਾਬੀ, ਜੇਗਰਾ ਰੱਖ ਦੇ ਖੇਡਣ ਦਾ। ਸਿਰੇ ਦਾ ਮੁਕਾਬਲਾ ਚੱਲਦਾ, ਜ਼ੋਰ ਪੂਰਾ ਲੱਗਿਆ ਬਈ, ਜਾਨ ਪੂਰੀ ਲੱਗੀ ਆ ਮੈਦਾਨ ਦੇ ਵਿੱਚ, ਕਿ ਸੁਖੀ ਲਿਖਦਾ ਵਿੱਚ ਕੱਕਰ ਵਾਲੇ ਮੱਲ ਟਾਣੇ ਕਿਹੜਾ ਸਿੱਖਾ ਲੇ, ਆ ਨਾਲ ਬਗਾਨੇ ਭਿੜਨਾ ਹੋਵੇ ਚਾਹੀਦਾ ਬੰਦਾ ਦਲੇਰ ਜਿਹਾ, ਜੇ ਕਰਨੀ ਹੋਵੇ ਕੁਸ਼ਤੀ ਦਿਲ ਚਾਹੀਦਾ ਬੱਬਰ ਸ਼ੇਰ ਜਿਹਾ, ਦਿਲ ਚਾਹੀਦਾ ਬੱਬਰ ਸ਼ੇਰ ਜਿਹਾ। ਸ਼ਾਬਾਸ਼ ਸ਼ਾਬਾਸ਼ ਨੌਜਵਾਨੋ, ਸਿਰੇ ਦਾ ਮੁਕਾਬਲਾ ਤੇ ਸਿਰੇ ਦੀਆਂ ਬਾਤਾਂ। ਸੁਖਰਾਜ USA ਦਾ ਵੱਡਾ ਧੰਨਵਾਦ ਹੈ, ਵੱਡੇ ਮਾਣ ਇਹਨਾਂ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ ਕੀਤੇ ਹੈ, ਬਹੁਤ ਬਹੁਤ ਰੜੀਆਂ ਸੁਖਰਾਜ USA, ਸਾਡੀ ਜ਼ਿੰਦਗੀ ਦਾ ਪਿਆਰਾ ਯਾਰ ਹੈ, ਪਰ ਜੁੜੀਏ ਕੁਸ਼ਤੀ ਦੇ ਨਾਲ, ਇੱਕ ਪਾਸੇ ਮੁੰਡਾ ਕਲੀਨ ਸ਼ੇਵ ਤੇ ਦੂਸਰੇ ਪਾਸੇ ਸਰਦਾਰ ਹੈ, ਚੱਲਦਾ ਹੋਇਆ ਵੱਡਾ ਮੁਕਾਬਲਾ ਹੈ, ਬੱਲੇ ਬੱਲੇ ਜਿਹੜੀ ਹੋ ਰਹੀ ਆ ਕਿ ਏਰੀਏ 'ਚ ਛਿੰਝਦੇ ਨੇ ਫੁੱਲ ਚਰਚੇ, ਮੱਲ ਟੌਪ ਟੌਪ ਦੇ ਸੱਦੇ ਨੇ ਕੀਤੇ ਖੁੱਲੇ ਖਰਚੇ, ਕਿ ਚੀਮਾ ਕਲ ਯੁੱਗ ਦੀ ਦੁਨੀਆ ਏ, ਉਹ ਇੱਥੇ ਪੈਰ ਪੈਰ ਤੇ ਧੋਖਿਆ ਹੈ, ਉਹ ਸੱਜਣੋ ਤਾੜੀ ਤੂੜੀ ਮਾਰਦਿਆ ਕਰੋ, ਐਡੇ ਐਡੇ ਦੰਗਲ ਕਰਾਉਣੇ ਕਿਹੜਾ ਸੌਖਿਆ ਹੈ, ਪ੍ਰਬੰਧਕਾਂ ਦੇ ਨਾਂ ਤੇ ਤਾੜੀ ਮਾਰ ਦਿਓ ਇੱਕ ਵਾਰੀ, ਸਿਰੇ ਦੀ ਕੁਸ਼ਤੀ ਚੱਲ ਰਹੀ ਹੈ, ਉਹ ਸਿਰੇ ਦੀ ਕੁਸ਼ਤੀ ਚੱਲ ਰਹੀ। ਹਾਂਜੀ ਪ੍ਰਿੰਸ, ਮੇਰਾ ਵੀਰ ਬੌੜ ਤੋਂ, ਗੈਰੀ ਉੱਚੇ ਪਿੰਡ ਤੋਂ, ਜਗਤਾਰ ਸਿੰਘ ਜੀ ਖੰਟ ਤੋਂ, ਇਹ ਵੀ ਆ ਕੇ ਡਾਕਟਰ ਸਾਹਿਬ ਤੋਂ ਆਪਣਾ ਜਿਹੜਾ ਸਨਮਾਨ ਆ ਲੈ ਕੇ ਜਾਣ। ਮੇਰਾ ਵੀਰ ਇਟਲੀ ਤੋਂ, ਉਹ ਵੀ ਆ ਕੇ ਆਪਣਾ ਜਿਹੜਾ ਮਾਨ ਸਨਮਾਨ ਆ ਲੈ ਕੇ ਜਾਣ।
ਵਾਹ ਜੀ ਵਾਹ। ਹਾਂਜੀ ਬਾਈ ਗੁਰਪ੍ਰੀਤ ਬਾਈ ਹੋਰ ਵੀ ਕਰਾ ਲਓ ਸਨਮਾਨ ਜਿਹੜੇ ਕਰਾਉਣੇ। ਹਾਂ ਜਿਹੜੇ ਰਹਿੰਦੇ ਆ ਜੀ ਹੁਣੇ ਕਰਾ ਲਓ ਬੇਨਤੀ ਹੈ ਕਿਉਂਕਿ ਵਧੀਆ ਕੁਸ਼ਤੀਆਂ ਜਿਹੜੀਆਂ ਦੋਨੋਂ ਚੱਲਦੀਆਂ ਹੈ। ਇੱਕ ਜਿਹੜੀ ਹੋਣੀ ਹੈ ਉਹ ਵੀ ਸਿਰੇ ਦੀ ਕੁਸ਼ਤੀ ਹੈ, ਆਹ ਵੀ ਸਿਰੇ ਦੀ ਕੁਸ਼ਤੀ ਜਿਹੜੀ ਚੱਲਦੀ ਹੈ। ਜੇ ਕਮਾਈ ਨਾ ਹੋਵੇ ਜੀ ਕੁਸ਼ਤੀ ਤੋਂ ਪਹਿਲਾਂ ਹਮਰਾਜ ਦੇ ਪਰਿਵਾਰ ਨੇ ਉਹਨਾਂ ਦੇ ਨਾਲ ਇੱਕ ਫੋਟੋ ਕਰਾਉਣੀ ਆ, ਸੋ ਮੇਰੀ ਬੇਨਤੀ ਹੈ ਬਾਈ ਅਮਰਜੀਤ ਉਹਨਾਂ ਨੂੰ ਵੀ ਉਹ ਡੇੜੇ ਆ ਜਾਣ। ਹਾਂਜੀ ਸਨਮਾਨ ਹੋ ਗਏ ਜੀ। ਹਾਂ ਬਾਈ ਸ਼ਿਵ ਛੇੜ ਕਹਾਣੀ ਫਿਰ ਹੁਣ ਸਨਮਾਨ ਹੋ ਚੁੱਕੀ ਹੈ। ਵਾਹ ਵੱਡਾ ਸਰਨਾਮਾ ਹੈ ਐਨ, ਜੇ ਗੱਲ ਕਰੀਏ ਚੱਲਦਾ ਹੋਇਆ ਵੱਡਾ ਕੁਛ ਬੱਲੇ 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 ਬੱਲੇ। ਆਹ ਵੀ ਦਰਸ਼ਕ ਵੀਰੋ ਤਾੜੀ ਤੂੜੀ ਲਾ ਦਿਓ ਫਿਰ ਇੱਕ ਵਾਰੀ ਫੇਰ ਗਰਮ ਕਰਾਈਏ, ਆਹ ਲੋਰ ਅੰਬਰਾਂ ਨੂੰ ਚੜਾਈਏ, ਦੁਨੀਆ ਨੂੰ ਸਵਾਦ ਆਉਂਦਾ ਹੈ। ਲੈ ਵੀ ਸਕਰਾਜ ਯੂ ਐਸ ਵਾਲਿਆ ਤੇਰਾ ਮੇਲਾ ਸਫਲ ਹੈ ਜਦ ਦੁਨੀਆ ਐਨ ਜੇ ਗੱਲ ਕਰੀਏ ਆਨੰਦ ਤੱਕਦੀ ਹੈ। ਲਓ ਉੱਧਰ ਸਾਡਾ ਵੀਰ ਬ੍ਰਹਮਜੋਤ ਬਹਿਰਾਮਪੁਰ ਕਹਿੰਦਾ ਵੀ ਜੇਕਰ ਸੁੱਖ ਨੰਬਰ ਆਉਂਦੀ ਹੈ ਮਾਲਕ ਦੀ ਮੋਹਰ ਹੁੰਦੀ ਹੈ ਤਾਂ ਅਗਲੇ ਸਾਲ ਦੇ ਲਈ 11,000 ਰੁਪਏ ਦਾ ਵੱਡਾ ਯੋਗਦਾਨ ਹੋਊਗਾ। ਇੱਕ ਵਾਰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦਾ ਆਪਾਂ ਜਕਾਰਾ ਵਜਾਉਣਾ, ਸਾਰੀ ਸੰਗਤ ਨੇ ਸਾਂਝ ਪਾਉਣੀ ਹੈ। ਬੋਲੋ ਸੋ ਨਿਹਾਲ, ਸ੍ਰੀ ਅਕਾਲ। ਹੈਲੋ, ਬਹੁਤ ਬਹੁਤ ਧੰਨਵਾਦ। ਹਾਂਜੀ ਹਮਰਾਜ ਦੇ ਪਰਿਵਾਰ ਤੋਂ ਬਾਅਦ ਸਰਦਾਰ ਤਰਲੋਚਨ ਸਿੰਘ ਜੀ ਹੈਪੀ ਦੇ ਡੈਡੀ ਉਹ ਵੀ ਜਿਹੜੀ ਆ ਕੇ ਆਪਣੀ ਫੋਟੋ ਕਰਾਉਣ, ਮਿੱਤਰ ਵੀਰ ਤੇ ਪਾਲਾ ਵੀਰ ਜਿਨ੍ਹਾਂ ਨੇ ਸਾਡੇ ਪਰਿਵਾਰ ਨੂੰ ਧਰਮਿੰਦਰ ਉਹਨਾਂ ਨੂੰ ਬੇਨਤੀ ਆ ਵੀ ਉਹ ਵੀ ਆ ਕੇ ਆਪਣੀ ਕਮਲੇ ਵੀਰ ਉਹਨਾਂ ਨਾਲ ਜਿਹੜੀ ਫੋਟੋ ਕਰਵਾ ਲੈ। ਜਿਹੜੇ ਦੋ ਚਾਰ ਸਨਮਾਨ ਰਹਿੰਦੇ ਆ ਤਾਂ ਹੁਣ ਕਰਾ ਲਓ, ਫਿਰ ਵੱਡੀ ਕੁਸ਼ਤੀ ਬਾਰੇ ਨਹੀਂ ਕੁਝ ਬੋਲ ਹੁੰਦਾ ਵਿੱਚ ਦੀ, ਪਲੀਜ਼ ਬੇਨਤੀ ਆ ਕਿਉਂਕਿ ਤੁਸੀਂ ਕਿੰਨੀਆਂ ਵੱਡੀਆਂ ਕੁਸ਼ਤੀਆਂ ਕਰਵਾਈਆਂ। ਜਿਹੜੇ ਸਨਮਾਨ ਆ ਉਹ ਕਰਵਾ ਲਿਓ, ਨੇਤਰ ਤੇ ਵੀਰ ਪਾਲਾ ਉਹ ਵੀ ਮਾਨ ਸਨਮਾਨ ਲੈ ਲਿਓ, ਹਰ ਸਾਲ ਜਿਹੜੇ ਕੈਸ਼ ਦੀ ਜ਼ਿੰਮੇਵਾਰੀ ਸਾਂਭਦੇ ਆ। ਲਓ ਦਰਸ਼ਕੋ ਇੱਕ ਵਾਰ ਤਾੜੀਆਂ ਤੂੜੀਆਂ ਲਾ ਦੇ ਜੋ ਕੁਸ਼ਤੀਆਂ ਦਾ ਆਨੰਦ ਆ ਰਿਹਾ। ਇਹ ਪਹਿਲਵਾਨ ਰਾਜੂ ਆ ਰਾਈਏਵਾਲ ਦੀ ਧਰਤੀ ਦਾ ਹੈਰੀ ਪਹਿਲਵਾਨ ਜੀ ਉਹਨਾਂ ਦਾ ਤਿਆਰ ਕੀਤਾ ਪਹਿਲਵਾਨ, ਲੀਲੂ ਉਸਤਾਦ ਉਹਨਾਂ ਦਾ ਤਿਆਰ ਕੀਤਾ ਪਹਿਲਵਾਨ ਹੈ। ਸਮੇਂ ਦੀਆਂ ਬਾਤਾਂ, ਕੌਣ ਜਿੱਤਦਾ ਕੌਣ ਹਰਦਾ। ਔਰ ਨਿਚਲੇ ਪਾਸੇ ਜਤਿੰਦਰ ਪਹਿਲਵਾਨ ਪਥਰੇੜੀ, ਅਖਾੜਾ ਬਾਬਾ ਪੂਰਨ ਦਾਸ ਡੁਮਛੜੀ, ਰੁਸਤਮੈਨ ਪਰਵਿੰਦਰ ਪਹਿਲਵਾਨ ਜੀ ਡੁਮਛੜੀ ਦੇ ਅਖਾੜੇ ਦਾ ਮੱਲ ਹੈ। ਸਮੇਂ ਦੀਆਂ ਬਾਤਾਂ, ਕੌਣ ਜਿੱਤਦਾ ਕੌਣ ਹਰਦਾ। ਹਾਂਜੀ ਕਮਲਜੀਤ ਵਾਲੀ ਕੁਸ਼ਤੀਆਂ ਫੋਟੋ ਹੋਣੀਆਂ ਜੀ। ਵਾਹ ਜੀ ਵਾਹ, ਆਪਾਂ ਫੋਟੋ ਜਿਹੜੀ ਜ਼ਰੂਰ ਕਰਵਾ ਲਈਏ। ਬਾਈ ਚੈਨੇ ਹੁਣਾਂ ਨੂੰ ਬੇਨਤੀ ਹੈ ਇੱਕ ਫੋਟੋ ਜਿਹੜੀ ਨਾਲ ਹੀ ਫਿਰ ਕੁਸ਼ਤੀ ਆਪਾਂ ਛਡਵਾ ਦਈਏ, ਸਮਾਂ ਬਹੁਤ ਜ਼ਿਆਦਾ ਹੋ ਚੁੱਕਿਆ ਹੈ। ਉੱਧਰ ਰਾਜੂ ਪਹਿਲਵਾਨ ਉੱਪਰ ਚੱਲ ਰਿਹਾ ਹੈ, ਉੱਧਰ 62 ਵੀਰ ਦਾ ਭਤੀਜਾ ਤੇ ਉਹਨਾਂ ਦਾ ਬੇਟਾ ਉੱਚੇ ਤੌਰ ਤੇ ਪੁੱਜਿਆ, ਬਹੁਤ ਬਹੁਤ ਧੰਨਵਾਦ। ਨਾਲੇ ਸਾਡੇ ਬਾਪੀ ਉਹਨਾਂ ਵੱਲੋਂ ਵੱਡੇ ਮਾਣ, ਇਹਨਾਂ ਬੋਲਾਂ ਲਈ ਪੁੱਜਦੇ ਹੋਏ ਆ, ਹਾਰਦਿਕ ਸਵਾਗਤ ਹੈ ਜੀਆਂ ਨੂੰ ਆਖਦੇ ਆ। ਜੱਗਾ ਪਹਿਲਵਾਨ ਜੀ ਮਾਛੀਪੁਰ ਆਪਣਾ ਮਾਨ ਸਨਮਾਨ ਜਿਹੜਾ ਪ੍ਰਾਪਤ ਕਰਨਗੇ। ਧਰਮਿੰਦਰ ਭਾਜੀ ਸਾਡੇ ਰਾਣਾ ਜੀ ਦੀਸਾ ਭਲਵਾਨ ਜੀ ਉਹਨਾਂ ਨੂੰ ਬੇਨਤੀ ਹੈ, ਮਾਨ ਸਨਮਾਨ ਇਕੱਠਿਆਂ ਨੂੰ ਬੁਲਾ ਲਓ ਜੀ ਇੱਕ ਲਾਈਨ 'ਚ, ਇੱਕ ਵਾਰੀ ਫੋਟੋ ਕਰਵਾ ਲਓ ਸਾਰਿਆਂ ਨੂੰ ਸਨਮਾਨ ਦੇ ਕੇ ਲਾਈਨ 'ਚ ਜੀ ਇੱਕ ਵਾਰ। ਉੱਥੇ ਵੱਡਾ ਧੰਨਵਾਦ ਹੈ ਦੀਸਾ ਭਾਈ ਬਾਟੀ ਹੁਣਾਂ ਦਾ ਜਿਨ੍ਹਾਂ ਨੇ ਇਹਨਾਂ ਪੰਜਾਬੀ ਬੋਲਣ ਤੋਂ ਖੁਸ਼ ਹੋ ਕੇ ਵੱਡੇ ਮਾਣ ਕੀਤੇ ਹੈ। ਬਾਈ ਕਲਵਿੰਦਰ ਬਾਠ, ਸੁਖਵਿੰਦਰ ਬਾਠ ਔਰ ਸਾਡੇ ਵੀਰ ਕਲਵਿੰਦਰ ਹੁਣੇ, ਸਾਰੇ ਵੀਰਾਂ ਦਾ ਵੱਡਾ ਧੰਨਵਾਦ ਹੈ ਜਿਹਨੇ ਵੀਰ ਜਿਹੜੇ ਅਮਰੀਕਾ ਕਹਿੰਦਾ ਔਰ ਉਸ ਗਰੁੱਪ ਨਾਲ ਸੰਬੰਧਿਤ ਹੈ। ਪਰ ਇੱਧਰ ਰਾਜੂ ਰਾਈਏਵਾਲ ਨੇ ਰੱਖਿਆ ਹੋਇਆ ਧੌਣ ਦੇ ਉੱਤੇ ਗੋਡਾ, ਕਿ ਜਦ ਰੱਖਦਾ ਧੌਣ ਤੇ ਮੱਲ ਗੋਡਾ ਦੁਨੀਆ ਅਸ਼ਸ਼ ਕਰਦੀ ਹੈ। ਵਾਕੀ ਜੀ ਮੈਂ ਲੋਰ ਦੇਖ ਲਿਆ ਫਿਰ ਅੰਬਰਾਂ 'ਚ, ਉਹ ਦੁਨੀਆ ਨੂੰ ਚੜ੍ਹਦੀ ਹੈ ਕਿ ਜਦ ਰੱਖਦਾ ਧੌਣ ਤੇ ਗੱਲ ਗੋਡਾ ਉਹ ਦੁਨੀਆ ਅਸ਼ਸ਼ ਕਰਦੀ ਹੈ। ਫੋਟੋ ਜਿਹੜੀ ਕਰਜ਼ੂਰ ਕਰਾ ਲਈਏ ਕਮਲਜੀਤ ਪਹਿਲਵਾਨ ਜੀ ਡੂਬ ਛੇੜੀ ਦੇ ਨਾਲ,
ਐਨ ਜੇ ਗੱਲ ਕਰੀਏ ਦੁਨੀਆਂ ਦੇ ਚੋਟੀ ਦੇ ਮੱਲਾਂ ਦੇ ਵਿੱਚ ਨਾਮ ਹੈ